ਸਰਕਾਰੀ ਸਕੂਲਾਂ ਦੀਆਂ ਕਲਾਸਾਂ 'ਚ ਲਗਾਇਆ ਏਸੀ। ਬਣਿਆ ਜ਼ਿਲ੍ਹੇ ਦਾ ਪਹਿਲਾ ਸਕੂਲ। ਹੁਣ ਆਮ ਘਰਾਂ ਦੇ ਬੱਚੇ ਵੀ ਪੜ੍ਹ ਰਹੇ ਏਸੀ ਵਿੱਚ। ਤਾਂ ਦੱਸ ਦਈਏ ਕਿ ਉਹ ਸਰਕਾਰੀ ਸਕੂਲ ਹੈ ਜਿਸ ਨੂੰ ਫੁੱਲ ਏਸੀ ਕਰ ਦਿੱਤਾ, ਜੋ ਕਿ ਜ਼ਿਲ੍ਹੇ ਦਾ ਪਹਿਲਾ ਸਕੂਲ ਬਣ ਗਿਆ। ਤਾਂ ਹੁਣ ਆਮ ਘਰਾਂ ਦੇ ਬੱਚੇ ਜੋ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਉਹਨਾਂ ਲਈ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰਦੀ ਆ ਰਹੀ ਹੈ। ਤਾਂ ਤਸਵੀਰਾਂ ਮੁਕਤਸਰ ਸਾਹਿਬ ਦੇ ਪ੍ਰਾਇਮਰੀ ਸਕੂਲ ਤੋਂ ਸਾਹਮਣੇ ਆਈਆਂ ਨੇ, ਜਿੱਥੇ ਵਿਦਿਆਰਥੀਆਂ ਲਈ ਕਲਾਸਾਂ ਦੇ ਵਿੱਚ ਏਸੀ ਲਗਾ ਦਿੱਤਾ, ਜਿਸ ਨੂੰ ਲੈ ਕੇ ਸਮਾਗਮ ਵੀ ਰੱਖਿਆ ਗਿਆ। ਤਾਂ ਸਰਕਾਰੀ ਸਕੂਲ ਜਿੱਥੇ ਸਹੂਲਤਾਂ ਨੂੰ ਲੈ ਕੇ ਸ਼ਿਕਾਇਤਾਂ ਰਹਿੰਦੀਆਂ ਸੀ, ਤੇ ਹੁਣ ਪੰਜਾਬ ਦੇ ਸਰਕਾਰੀ ਸਕੂਲ ਵੀ ਨਾਮ ਤੋਂ ਨਹੀਂ ਸਗੋਂ ਸਹੂਲਤਾਂ ਤੋਂ ਵੀ ਸਮਾਰਟ ਹੁੰਦੇ ਜਾ ਰਹੇ ਨੇ। ਤਾਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਬਾਰੇ ਤੁਹਾਡਾ ਕੀ ਕਹਿਣਾ ਹੈ, ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਤਾਂ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ। ਜਿੱਥੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਸੁਣਨ ਨੂੰ ਆਉਂਦਾ ਸੀ ਕਿ ਬੱਚਿਆਂ ਦੀਆਂ ਕਲਾਸਾਂ ਦੇ ਵਿੱਚ ਏਸੀ ਲੱਗੇ ਹੁੰਦੇ ਨੇ, ਤਾਂ ਹੁਣ ਇਹ ਤਸਵੀਰਾਂ ਵੇਖ ਸਕਦੇ ਹੋ ਕਿ ਸਰਕਾਰੀ ਸਕੂਲ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਕਲਾਸਾਂ ਦੇ ਵਿੱਚ ਬੱਚਿਆਂ ਦੀ ਸਹੂਲਤਾਂ ਦੇ ਲਈ ਏਸੀ ਲਗਾ ਦਿੱਤਾ ਹੈ, ਤਾਂ ਜੋ ਬੱਚਿਆਂ ਨੂੰ ਪੜ੍ਹਨ ਦੇ ਵਿੱਚ ਕੋਈ ਵੀ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੇਖੋ, ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਸਰਕਾਰੀ ਪ੍ਰਾਇਮਰੀ ਸਕੂਲ ਮੁਕਤਸਰ ਦੇ ਵਿੱਚ ਜਿਹੜਾ ਫੁੱਲ ਸਕੂਲ ਜਿਹੜਾ ਏਸੀ ਕੀਤਾ ਗਿਆ, ਜਿਵੇਂ ਕਿ ਪੰਜਾਬ ਸਰਕਾਰ ਦੀ ਪੋਲਸੀ ਹੈ ਐਜੂਕੇਸ਼ਨ ਦੇ ਉੱਪਰ ਕਿ ਐਜੂਕੇਸ਼ਨ ਨੂੰ ਬਿਹਤਰ ਕਰਨਾ ਹੈ, ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਔਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਉੱਦਮਾਂ ਸਦਕਾ ਔਰ ਖਾਸ ਤੌਰ 'ਤੇ ਸਾਡੇ ਜ਼ਿਲ੍ਹੇ ਦੇ DO ਜਸਪਾਲ ਮੌਂਗਾ ਜੀ, ਸਾਡੇ ਇੱਥੋਂ ਦੇ BPO ਰਾਜਵਿੰਦਰ ਜੀ ਔਰ ਜਗਦੀਪ ਜੀ ਔਰ ਖਾਸ ਤੌਰ 'ਤੇ ਇਸ ਸਕੂਲ ਦੇ ਮੁਖੀ ਜਸਵੰਤ ਸਿੰਘ ਜੀ, ਜਿਨ੍ਹਾਂ ਦੇ ਉੱਦਮ ਸਦਕਾ ਇਹ ਸਕੂਲ ਨੂੰ ਫੁੱਲ AC ਕੀਤਾ ਗਿਆ, ਸਾਰੇ ਕਮਰਿਆਂ ਦੇ ਵਿੱਚ AC ਲਾਏ ਗਏ ਆ ਤਾਂ ਕਿ ਬੱਚਿਆਂ ਨੂੰ ਗਰਮੀ ਦੇ ਵਿੱਚ ਕੋਈ ਦਿੱਕਤ ਨਾ ਆਵੇ। ਔਰ ਇੱਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਸਟਾਫ ਨਾਲ ਗੱਲ ਹੋਈ ਤਾਂ ਇਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਸਕੂਲ ਦੀ ਜਿਹੜੀ ਕਪੈਸਿਟੀ ਹੈ ਉਹ ਘੱਟ ਗਈ, ਸਾਡੇ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਐਡਮਿਸ਼ਨ ਦੇਣ ਤੋਂ ਇਨਕਾਰ ਕੀਤਾ। ਇਹ ਪਹਿਲੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਲੈਣ ਦੇ ਲਈ ਲਾਈਨ ਦੇ ਵਿੱਚ ਲੱਗਣਾ ਪਿਆ। ਇਹ ਮਾਨ ਸਰਕਾਰ ਦੇ ਜਿਹੜੇ ਹੁਕਮ ਸੀ, ਮਾਨ ਸਰਕਾਰ ਦੇ ਉੱਦਮ ਹੈ ਜਿਹੜੇ ਐਜੂਕੇਸ਼ਨ ਦੇ ਵਿੱਚ ਚੰਗੇ ਕਦਮ ਪੁੱਟ ਰਹੀ ਹੈ, ਉਹਦਾ ਇਹ ਰਿਜ਼ਲਟ ਹੈ। ਸਰ, ਕਈ ਜਗ੍ਹਾ ਬਿਲਡਿੰਗਾਂ ਵੀ ਕਮਜ਼ੋਰ ਆ, ਉਹਨੂੰ ਲੈ ਕੇ ਮਾਨ ਸਰਕਾਰ ਦੀ ਕੀ ਪਾਲਿਸੀ ਹੈ? ਨਹੀਂ, ਮੈਂ ਤੁਹਾਨੂੰ ਦੱਸਦਾ ਜੀ, ਪਹਿਲੀ ਸਰਕਾਰ ਆਈ ਹੈ ਜਿਹਨੇ ਸਰਕਾਰੀ ਸਕੂਲਾਂ ਦੀ ਬਾਉਂਡਰੀ ਵਾਲ ਵਾਸਤੇ, ਮੈਨੂੰ ਲੱਗਦਾ ਕੋਈ ਪਿੰਡ ਅਜਿਹਾ ਨਹੀਂ ਰਿਹਾ, ਹੁਣ DO ਸਾਹਿਬ ਮੇਰੇ ਨਾਲ ਬੈਠੇ ਹੈ, ਕਿ ਜਿਨ੍ਹਾਂ ਦੀ ਕੋਈ ਡਿਮਾਂਡ ਸੀ ਉਹ ਪੂਰੀ ਨਾ ਹੋਈ ਹੋਵੇ, ਜਿਨ੍ਹਾਂ ਨੇ ਰੂਮਸ ਦਾ ਦੱਸਿਆ। ਔਰ ਸਾਡੇ ਇੱਥੇ ਗੁਰਪ੍ਰੀਤ ਸਰ ਬੈਠੇ ਹੈ ਔਰ ਮੈਨੂੰ ਨਹੀਂ ਲੱਗਦਾ ਕਿਸੇ ਸਕੂਲ ਦੇ ਵਿੱਚ ਕਿਸੇ ਕਮਰੇ ਦੀ ਘਾਟ ਹੈ। ਇਸ ਕਰਕੇ ਠੀਕ ਹੈ, ਕੋਈ ਇੱਕ ਅੱਧਾ ਸਕੂਲ ਹੋ ਸਕਦਾ ਜਿਹਦੇ ਵਿੱਚ ਕੋਈ ਕਮਰੇ ਦੀ ਜਾਂ ਕਿਸੇ ਬਿਲਡਿੰਗ ਦੀ ਘਾਟ ਹੋਵੇ, ਪਰ ਅਦਰਵਾਈਜ਼ ਸਰਕਾਰੀ ਸਕੂਲਾਂ ਵਿੱਚ ਹੁਣ ਸਾਰਾ ਚੀਜ਼ਾਂ ਪ੍ਰੋਪਰ ਹੈਗੀਆਂ। ਸਾਰੇ ਪੰਜਾਬ ਵਿੱਚ ਏਸੀ ਕੀਤੇ ਜਾ ਰਹੇ ਜਾਂ ਇਕੱਲੇ ਮੁਕਤਸਰ ਜ਼ਿਲ੍ਹੇ ਵਿੱਚ? ਨਹੀਂ, ਇਹ ਸ਼ੁਰੂਆਤ ਹੈ, ਸ਼ੁਰੂਆਤ ਦੇ ਵਿੱਚ ਮੁਕਤਸਰ ਸਾਡਾ ਮੋਹਰੀ ਰਿਹਾ ਹਮੇਸ਼ਾ ਸਾਰੇ ਕੰਮਾਂ ਦੇ ਵਿੱਚ, ਅਤੇ ਅੱਜ ਅਸੀਂ ਪੰਜਾਬ ਦੇ ਲਈ ਸੇਧ ਬਣੇ ਹਾਂ ਔਰ ਮਾਰਗਦਰਸ਼ਕ ਬਣਿਆ ਸਾਡਾ ਮੁਕਤਸਰ ਜ਼ਿਲ੍ਹਾ ਔਰ ਜ਼ਿਲ੍ਹੇ ਦੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਕਤਸਰ ਦਾ ਖਾਸ ਤੌਰ 'ਤੇ। ਔਰ ਮੈਂ ਖਾਸ ਤੌਰ 'ਤੇ ਵਧਾਈ ਦਿੰਦਾ ਸਾਡੇ MLA ਜਗਦੀਪ ਸਿੰਘ ਜੀ, ਕਾਕਾ ਬਰਾੜ ਜੀ ਦੇ ਉੱਦਮਾਂ ਸਦਕਾ, ਉਹਨਾਂ ਦੀ ਦੇਖ ਰੇਖ ਹੇਠਾਂ
ਜਿਹੜਾ ਇੱਥੋਂ ਦਾ ਪ੍ਰਬੰਧ ਆ ਉਹ ਵੀ ਵਧੀਆ ਚੱਲ ਰਿਹਾ। ਔਰ ਖਾਸ ਤੌਰ 'ਤੇ ਸਕੂਲ ਨੂੰ ਅਤੇ ਸਟਾਫ ਨੂੰ ਸਾਰਿਆਂ ਨੂੰ ਵਧਾਈ ਹੈ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਪਹਿਲੀ ਵਾਰ ਪਿਰਤ ਸ਼ੁਰੂ ਕੀਤੀ ਔਰ ਇਸ ਨੂੰ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ। ਜਿਸ ਤਰ੍ਹਾਂ ਦੁੱਧ ਦੀ ਗੱਲ ਕੀਤੀ, ਦੁੱਧਾਂ ਵਿੱਚ ਬਰਸਾਤ ਹੋਈ ਹੈ, ਪਾਣੀ ਖੜ੍ਹਾ ਰਿਹਾ ਲਗਾਤਾਰ, ਲੋਕਾਂ ਵਿੱਚ ਛੁੱਟੀ ਵੀ ਕੀਤੀ ਗਈ ਹੈ, ਉਸ ਵੇਲੇ ਵੀ ਕੋਈ ਉਪਰਾਲਾ ਕਰੋਗੇ? ਦੇਖੋ, ਜਦੋਂ ਕੁਦਰਤੀ ਆਫਤਾਂ ਆਉਂਦੀਆਂ, ਕੁਦਰਤੀ ਆਫਤ ਦੇ ਵਿੱਚ ਤਾਂ ਵੱਡੇ ਵੱਡੇ ਪ੍ਰੋਜੈਕਟ ਫੇਲ ਹੋ ਜਾਂਦੇ ਆ, ਤਾਂ ਉਹਦੇ ਲਈ ਵੀ ਗਾਂਹ ਤੋਂ ਜਿਵੇਂ ਤੁਸੀਂ ਹੁਣ ਦੱਸਿਆ, ਅਸੀਂ ਚੰਗਾ ਕੰਮ ਕਰਨ ਦੇ ਲਈ ਜਾਂ ਉੱਥੋਂ ਜਿਹੜੀ ਸਮੱਸਿਆ ਆ ਰਹੀ ਉਹਨੂੰ ਦੂਰ ਕਰਨ ਦੇ ਲਈ ਉਪਰਾਲਾ ਕਰਾਂਗੇ। ਇਹ ਬਹੁਤ ਵਧੀਆ ਉਪਰਾਲਾ ਜੀ। ਜਿਹੜੇ ਸਾਡੇ ਛੋਟੇ ਛੋਟੇ ਬੱਚੇ ਆ, ਜਿਹੜੇ ਜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਏਸੀ ਕਮਰਿਆਂ 'ਚ ਪੜ੍ਹਦੇ ਆ, ਤਾਂ ਅੱਜ ਸਾਨੂੰ ਇਹ ਬਹੁਤ ਵਧੀਆ ਮੌਕਾ ਪ੍ਰਾਪਤ ਹੋਇਆ ਵੀ ਸਾਡੇ ਜਿਹੜੇ ਗਰੀਬ ਬੱਚੇ ਹੈ ਇਹ ਵੀ ਏਸੀ ਵਿੱਚ ਪੜ੍ਹ ਕੇ ਵਧੀਆ ਵਧੀਆ ਜਿਹੜੇ ਅੱਗੇ ਨਾਗਰਿਕ ਬਣਨਗੇ ਅਤੇ ਚੰਗੀਆਂ ਪੋਸਟਾਂ 'ਤੇ ਲੱਗਣਗੇ ਜੀ। ਸਰ, ਇਸ ਤੋਂ ਪਹਿਲਾਂ ਜ਼ਿਲ੍ਹੇ 'ਚ ਹੋਰ ਕਿੰਨੇ ਸਕੂਲ ਏਸੀ ਹੈ ਜੀ? ਪ੍ਰਾਈਮਰੀ ਸਕੂਲ, ਪ੍ਰਾਈਮਰੀ ਸਕੂਲ ਸਰ ਜਿਹੜੇ ਫੁੱਲੀ ਏਸੀ ਨਹੀਂ, ਕੁਝ ਪਾਰਸ਼ਲ ਏਸੀ ਹੈਗੇ ਹੈ, ਜਿਵੇਂ ਸਾਡਾ ਕੌਣੀ ਸਕੂਲ ਹੈ ਉੱਥੇ ਅਸੀਂ ਦੋ ਕਮਰੇ ਏਸੀ ਕੀਤੇ ਹੋਏ ਹੈ। ਤਾਂ ਹੁਣ ਇਹ ਸ਼ੁਰੂਆਤ ਹੋ ਗਈ ਕਿਉਂਕਿ ਇਸ ਸਰਕਾਰ ਦੇ ਆਉਣ ਤੋਂ ਬਾਅਦ ਜਿਹੜਾ ਇਹ ਅਸੀਂ ਸੋਚਿਆ ਵੀ ਜਿੰਨੇ ਵੀ ਸਕੂਲ ਵੱਧ ਤੋਂ ਵੱਧ ਏਸੀ ਹੋ ਸਕਦੇ ਹੈ, ਅਤੇ ਉਮੀਦ ਆ ਵੀ ਆਉਣ ਵਾਲੇ 2-2.5 ਸਾਲਾਂ ਦੇ ਵਿੱਚ ਕਾਫੀ ਸਕੂਲ ਅਸੀਂ ਏਸੀ ਕਰ ਦਿਆਂਗੇ। ਜਿਹੜੇ ਮਾਪੇ ਜਿਹੜੇ ਕਿਹਾ ਜਾ ਰਿਹਾ ਕਿ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਂਦੇ ਆ, ਜਿਹੜੇ ਸਰਕਾਰੀ ਸਕੂਲਾਂ 'ਚ ਕੀ ਕਹਿਣਾ ਚਾਹੁੰਦੇ? ਦੇਖੋ, ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੈ ਜਾਂ ਸਰ ਅੱਜ ਤੁਸੀਂ ਦੇਖੋਗੇ ਵੀ ਸਰਕਾਰੀ ਸਕੂਲਾਂ ਦੇ ਬੱਚੇ ਵੀ ਉਹਨਾਂ ਨਾਲੋਂ ਬਹੁਤ ਅੱਗੇ ਹੈ। ਅਸੀਂ ਬੜੇ, ਮੈਂ ਆਪ ਖੁਦ ਟੈਸਟ ਕੀਤਾ, ਬਹੁਤ ਸਾਰੇ ਕੁਐਸਚਨ ਅਸੀਂ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਪਾ ਕੇ ਦੇਖੇ ਹੈ, ਉਹ ਉਹਨਾਂ ਨੂੰ ਨਹੀਂ ਆਏ, ਅਤੇ ਜਦੋਂ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆ ਵੀ ਗਏ, ਉਹ ਥੋੜ੍ਹਾ ਜਿਹਾ ਇੱਕ ਥੋੜ੍ਹਾ ਜਿਹਾ ਆਪਣੇ ਮਨ ਦੇ ਵਿੱਚ ਹੁੰਦਾ ਹੈ, ਜਿਵੇਂ ਕੋਈ ਮਹਿੰਗੀ ਚੀਜ਼ ਆਪਾਂ ਛੇਤੀ ਲੈ ਲੈਂਦੇ ਹਾਂ ਅਤੇ ਸਸਤੀ ਚੀਜ਼ ਵੀ ਆਪਾਂ ਨੂੰ ਕਹਿ ਦੇਵੇ ਤਾਂ ਉਹਦੀ ਆਪਾਂ ਕਦਰ ਘੱਟ ਕਰਦੇ ਹਾਂ। ਇਸ ਕਰਕੇ ਸਰਕਾਰ ਨੇ ਫ੍ਰੀ ਐਜੂਕੇਸ਼ਨ ਦਿੱਤੀ ਹੈ, ਅਤੇ ਕੁਝ ਬੰਦਿਆਂ ਨੂੰ ਐਂ ਹੁੰਦਾ ਵੀ ਜਿੰਨਾ ਚਿਰ ਜੇਬ ਦੇ ਵਿੱਚੋਂ 1-2 ਲੱਖ ਜੇਬ 'ਚੋਂ ਜਾਵੇ ਨਾ, ਉਨਾ ਚਿਰ ਉਹਨਾਂ ਨੂੰ ਨਜ਼ਾਰਾ ਜਿਹਾ ਨਹੀਂ ਆਉਂਦਾ। ਇਹੋ ਚੀਜ਼ ਹੈ।